ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ। ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ। ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ। ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ। ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ। ਰਿਮਾਂਡ ਮਿਲਿਆ ਸਰ? ਅਜੇ ਸਰ ਅਜੇ ਦਾ ਹੋਟਲ ਦੇ ਵਿੱਚ ਰਿਮਾਂਡ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ? ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਸੀ? ਇਹ ਜੀ ਇੱਕ ਬਟਾਲਾ ਰੋਡ 'ਤੇ ਹੋਟਲ ਆ ਟਰੀ ਟਾਊਨ, ਅਤੇ ਇੱਕ ਹੈਗਾ ਜੀ ਗਿੱਲ ਹੋਟਲ, ਦੋਵਾਂ ਹੋਟਲਾਂ 'ਚੋਂ ਤਿੰਨ ਕੁੜੀਆਂ ਅਤੇ ਚਾਰ ਮੁੰਡੇ ਫੜਿਆ ਜੀ, ਇੱਕ ਹੋਟਲ ਦਾ ਮਾਲਕ ਫੜਿਆ। ਸਰ ਕਿੰਨੇ ਮੁੰਡੇ ਅਤੇ ਕਿੰਨੇ ਕੁੜੀਆਂ? ਚਾਰ ਮੁੰਡੇ ਨੇ ਅਤੇ ਤਿੰਨ ਕੁੜੀਆਂ। ਸਰ ਹੋਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ? ਇੱਕ ਦਿਨ ਦਾ ਰਿਮਾਂਡ ਮਿਲਿਆ ਜੀ। ਇੱਕ ਦਿਨ ਸਰ ਕਾਫੀ ਦੇਰ ਦਾ ਕਹਿੰਦੇ ਕੰਮ? ਹਾਂਜੀ ਇਹ ਬੜੇ ਵੱਡੇ ਪੱਧਰ 'ਤੇ ਚਲਾ ਰਿਹਾ ਜੀ, ਰਿਮਾਂਡ ਮਿਲਿਆ ਵਾ, ਤਫਤੀਸ਼ ਕਰਦੇ ਹਾਂ ਅੱਗੇ ਕੀ ਹੁੰਦਾ। ਸਰ ਆਸ ਹੈ ਕਿ ਹੋਰ ਵੀ ਇਸ ਤਰ੍ਹਾਂ? ਬਿਲਕੁਲ ਜੀ ਬਿਲਕੁਲ, ਹੋਰ ਆਸ ਹੈਗੀ।